ਖਵਾਉਂਦੇ ਆ ਵੀ ਸਾਡੇ ਮੈਮ ਖਾਣਾ ਇਦਾਂ ਦਾ ਨਿਕਲਿਆ ਠੀਕ ਹੈ ਕਹਿੰਦੀ ਆ ਮੇਰੇ ਸਾਹਮਣੇ ਖਾਓ ਇਹਨੂੰ ਠੀਕ ਹੈ ਤੁਸੀਂ ਤਾਂ ਡਰਾਮੇ ਕਰੀ ਜਾਂਦੇ ਹੋ ਉਹੀ ਮਾਰੀ ਜਾਂਦੇ ਹੋ ਮੈਂ ਮੇਰੇ ਖਾਣੇ 'ਚ ਤਾਂ ਕੁਛ ਨਿਕਲਿਆ ਨਹੀਂ ਇਦਾਂ ਦਾ ਜਿੰਨਾ ਚਿਰ ਨਵੀਂ ਬੋਰਡ ਨਹੀਂ ਆਉਂਦੀ ਜਿੰਨਾ ਚਿਰ ਨਵੇਂ ਪ੍ਰਿੰਸੀਪਲ ਨਹੀਂ ਆਉਂਦੇ ਸਾਨੂੰ ਉਹਨਾਂ ਨੂੰ ਬੁਲਾਓ ਜਿੰਨਾ ਚਿਰ ਸਾਰਾ ਕੁਝ ਸੈੱਟ ਨਹੀਂ ਹੁੰਦਾ ਅਸੀਂ ਅੰਦਰ ਨਹੀਂ ਜਾਂਦੇ ਸਕੂਲ ਦੇ ਅੰਦਰ ਨਹੀਂ ਆਉਂਦੇ ਜਿੰਨਾ ਚਿਰ ਸਾਰਾ ਕੁਝ ਸੈੱਟ ਨਹੀਂ ਹੁੰਦਾ ਅਸੀਂ ਸਕੂਲ ਦੇ ਅੰਦਰ ਨਹੀਂ ਵੜਨਾ ਹੈ ਬਰਾਬਰ ਫੁੱਲ ਜ਼ਿੰਮੇਵਾਰ ਆ ਜੀ ਬੋਰਡ ਮੈਡਮ ਬੱਚਿਆਂ ਨੂੰ ਭੱਦੀ ਸ਼ਬਦਾਵਲੀ ਬੋਲਦੀ ਸਾਡੇ ਬੱਚਿਆਂ ਨੂੰ ਕੈਰੈਕਟਰਲੈਸ ਕਹਿੰਦੀ ਕੌਣ ਹੁੰਦੇ ਕੌਣ ਵਾਲੇ ਹੋ ਸੰਗਰੂਰ ਦੇ ਮੈਰੀਟੋਰੀਅਸ ਸਕੂਲ ਦੇ ਬਿਲਕੁਲ ਅੱਗੇ ਖੜੇ ਆ ਤੁਹਾਨੂੰ ਦੱਸ ਦਈਏ ਕਿ ਬੀਤੀ 2 ਤਰੀਕ ਨੂੰ ਇਸ ਸਕੂਲ ਦੇ ਵਿੱਚ ਖਰਾਬ ਖਾਣਾ ਖਾਣ ਦੇ ਬਾਵਜੂਦ ਕਾਫੀ ਜਿਹੜੇ ਬੱਚੇ ਨੇ ਬਿਮਾਰ ਹੋ ਗਏ ਸੀ 80-90 ਦੇ ਲਗਭਗ ਜਿਹੜੇ ਬੱਚੇ ਨੇ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਏ ਗਏ ਸ਼ਾਮ ਨੂੰ ਬੱਚੇ ਛੱਡੇ ਗਏ ਹੋਸਟਲ ਵਾਰਡਨ ਅਤੇ ਮੈਸ ਮੈਨੇਜਰ ਦੇ ਖਿਲਾਫ ਕਾਰਵਾਈ ਕਰਦਿਆਂ 307 ਦਾ ਪਰਚਾ ਹੋ ਗਿਆ ਸੀ ਉਹਨਾਂ ਦਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸਕੂਲ ਦੇ ਵਿੱਚ 5 ਦਿਨ ਦੀ ਛੁੱਟੀ ਕਰ ਦਿੱਤੀ ਗਈ ਸੀ ਪਰ ਹੁਣ ਅੱਜ ਸਕੂਲ ਦੇ ਵਿੱਚ ਦੁਬਾਰਾ ਮਾਂ ਬਾਪ ਆਏ ਨੇ ਦੁਬਾਰਾ ਫਿਰ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰਦੇ ਹਾਂ ਮੈਸ ਮੈਨੇਜਰ ਦੇ ਖਿਲਾਫ ਜਿਹੜਾ ਹੈਗਾ ਕਾਰਵਾਈ ਦੀ ਮੰਗ ਨੂੰ ਲੈ ਕੇ ਜਿਹੜਾ ਪ੍ਰੋਟੈਸਟਾ ਕੀਤਾ ਜਾ ਰਿਹਾ ਬੱਚੇ ਮੌਜੂਦ ਨੇ ਬੱਚੇ ਨਾਮ ਕੀ ਹੈ ਤੁਹਾਡਾ ਸਰ ਮਨਮੀਤ ਕੌਰ ਮਨੀਤ ਕਿਵੇਂ ਦੇਖਦੇ ਹੋ 2 ਤਰੀਕ ਨੂੰ ਤੁਹਾਡਾ ਜਿਹੜੀ ਕਾਫੀ ਬੱਚੇ ਬਿਮਾਰ ਹੋ ਗਏ ਸੀ ਕਾਰਵਾਈ ਵੀ ਹੋ ਗਈ ਸੀ ਬਟ ਹੁਣ ਦੁਬਾਰਾ ਫਿਰ ਪ੍ਰੋਟੈਸਟ ਕੀਤਾ ਜਾ ਰਿਹਾ ਕਿਹਦੇ ਖਿਲਾਫ ਪ੍ਰੋਟੈਸਟ ਹੈ ਸਰ ਵਾਰਡਨ ਤੇ ਪ੍ਰੋਟੈਸਟ ਹੋ ਰਿਹਾ ਸਾਡਾ ਰੀਜ਼ਨ ਕੀ ਹੈ ਬੇਟਾ ਸਰ ਵਾਰਡਨ ਦੀ ਤਾਂ ਸਾਰੀ ਦਿੱਕਤ ਹੈ ਸਾਨੂੰ ਵਾਰਡਨ ਇੰਨਾ ਪੁੱਠਾ ਬੋਲਦੀ ਹੈ ਤੁਹਾਨੂੰ ਕੀ ਤਾਂ ਹੁਣ ਦੱਸੀਏ ਠੀਕ ਆ ਵਾਰਡਨ ਕੋਲ ਹੁਣ ਅਸੀਂ ਦਵਾਈ ਲੈਣ ਜਾਂਦੇ ਆ ਕੁਝ ਵੀ ਕਹਿੰਦੇ ਆ ਵੀ ਮੈਮ ਸਾਨੂੰ ਆਹ ਦਿੱਕਤ ਆ ਰਹੀ ਹੈ ਕਹਿੰਦੇ ਤੁਸੀਂ ਡਰਾਮੇ ਕਰੀ ਜਾਂਦੇ ਹੋ ਸਾਰੀਆਂ ਉਧਰ ਖਾਣੇ ਸਿਖਾਣੇ ਵੀ ਦਿਖਾਉਂਦੇ ਆ ਵੀ ਸਾਡੇ ਮੈਮ ਖਾਣਾ ਇਦਾਂ ਦਾ ਨਿਕਲਿਆ ਠੀਕ ਹੈ ਕਹਿੰਦੀ ਆ ਮੇਰੇ ਸਾਹਮਣੇ ਖਾਓ ਇਹਨੂੰ ਠੀਕ ਹੈ ਤੁਸੀਂ ਡਰਾਮੇ ਕਰੀ ਜਾਂਦੇ ਹੋ ਉਹੀ ਮਾਰੀ ਜਾਂਦੇ ਹੋ ਮੈਂ ਮੇਰੇ ਖਾਣੇ 'ਚ ਤਾਂ ਕੁਝ ਨਿਕਲਿਆ ਨਹੀਂ ਇਦਾਂ ਦਾ ਠੀਕ ਆ ਹੁਣ ਅਸੀਂ ਕੀ ਤਾਂ ਕਹੀਏ ਹੁਣ ਇਹਨੂੰ ਉਹਨੂੰ ਸਰ ਹੁਣ ਸਾਨੂੰ ਨਿਕਲ ਵੀ ਨਹੀਂ ਸਕਦਾ ਉਹਨਾਂ ਵਾਸਤੇ ਅੱਡ ਖਾਣਾ ਬਣਾ ਕੇ ਰੱਖਦੇ ਆ ਸਾਰੇ ਸਰ ਉਹਨਾਂ ਵਾਸਤੇ ਅੱਡ ਖਾਣਾ ਨਿਕਲਦਾ ਹੁਣ ਅਸੀਂ ਉਹਨਾਂ ਦੇ ਖਾਣੇ 'ਚ ਕਿੱਥੋਂ ਕੱਢੀਏ ਹਾਂਜੀ ਹੁਣ ਸਰ ਤੁਸੀਂ ਖੁਦ ਦੱਸੋ ਸਰ ਖੂਨ ਦੀਆਂ ਉਲਟੀਆਂ ਆ ਰਹੀਆਂ ਨੇ ਬੱਚੇ ਨੂੰ ਹੁਣ ਖੂਨ ਦੀ ਉਲਟਾ ਕੋਈ ਢੰਗ ਤਾਂ ਹੋ ਨਹੀਂ ਸਕਦਾ ਹੈਗਾ ਹੁਣ ਅਸੀਂ ਕਿਹੜੇ ਫੇਕ ਬਲੱਡ ਪਾ ਕੇ ਖੂਨ ਦੀ ਉਲਟੀਆਂ ਕਰ ਲਾਂਗੇ ਜਿਹੜੇ ਸਟੰਗ ਕਰਦੇ ਆ ਸਿੱਧੀ ਨਹੀਂ ਕਰੀਆਂ ਨਹੀਂ ਉਹ ਸਾਰੀਆਂ ਐਡਾ ਨਹੀਂ ਕਿਹੜੀ ਗੱਲ ਇਹ ਕੋਈ ਡਰਾਮਾ ਨਹੀਂ ਹੁੰਦਾ ਹੈਗਾ ਤਾਂ ਕਹਿ ਦਿੰਦੇ ਵੀ ਇਹਨੂੰ ਡੋਲ ਕਿਤੇ ਦੂਸਰਾ ਖਾ ਲਓ ਵੀ ਬਣਿਆ ਤਾਂ ਸਾਰਾ ਇੱਕ ਭਾਂਡੇ 'ਚ ਹੀ ਹੈਗਾ ਕਹਿ ਦਿੰਦੀ ਆ ਉਹ ਚੀਜ਼ ਸੈਰ ਤੇ ਕੱਢ ਕੇ ਬਾਕੀ ਤਾਂ ਖਾ ਲਓ ਹੁਣ ਬਾਕੀ ਤਾਂ ਕਿੱਥੋਂ ਖਾਵਾਂਗੇ ਉਹ ਸਾਰਾ ਮਿਕਸ ਹੀ ਹੋ ਗਿਆ ਵਿੱਚ ਇੱਕ ਬਰਤਨ 'ਚ ਹੀ ਬਣਿਆ ਸਾਰਾ ਖਾਣਾ ਸਰ ਰਿਸਪੌਂਸੀਬਲ ਤੁਸੀਂ ਵਾਰਡਨ ਨੂੰ ਬਰਾਬਰ ਸਮਝ ਸਰ ਵਾਰਡਨ ਸਰ ਸਰ ਉਦੋਂ 2 ਤਰੀਕ ਨੂੰ ਜਦੋਂ ਤੁਸੀਂ ਆਏ ਮੀਡੀਆ ਵਾਲੀ ਮੀਡੀਆ ਆਈ ਸਾਡੇ ਐਮਐਲਏ ਮੈਡਮ ਆਏ ਸੀਗੇ ਉਦੋਂ ਦਿਖੀ ਨਹੀਂ ਪਤਾ ਨਹੀਂ ਕਿੱਧਰ ਹੀ ਗਈ ਸਰ 6:30 ਵਜੇ ਮੈਂ ਹਸਪੀਟਲ 'ਚੋਂ ਆਈ ਹਾਂ ਉਸ ਟਾਈਮ ਬਾਹਰ ਨਿਕਲੇ ਨੇ ਵਾਰਡਨ ਮੈਮ ਹਰ ਮੈਂ ਸੱਚੀ ਦੱਸਾਂ ਸਰ ਜਿਹਦੇ ਤੇ ਇਦਾਂ ਗੱਲ ਹੋਵੇ ਮੈਨੂੰ ਥੋੜੀ ਬਹੁਤ ਸ਼ਰਮ ਤਾਂ ਹੁੰਦੀ ਹੈ ਬਿਲਕੁਲ ਵੀ ਰਿਗਰੈਟ ਨਹੀਂ ਸੀਗਾ ਵਾਰਡਨ ਮੈਮ ਨੂੰ ਕਿਸੇ ਗੱਲ ਦਾ ਵਾਰਡਨ ਮੈਮ ਕਹਿੰਦੇ ਕਿ ਮੈਂ ਤਾਂ ਕੁਝ ਕੀਤਾ ਨਹੀਂ ਇਸ ਟਾਈਮ ਨਾਲ ਘੁੰਮ ਰਹੇ ਸੀਗੇ ਜਦ ਕਿ ਪੂਰੇ ਹਿੱਸੇਦਾਰ ਉਹ ਵੀ ਨੇ ਇਸ ਗੱਲ ਦੇ ਠੀਕ ਹੈ ਹੋ ਰਹੇ ਆਂਦੇ ਪ੍ਰਿੰਸੀਪਲ ਅਗਰ ਪਹਿਲਾਂ ਸੀ ਪ੍ਰਿੰਸੀਪਲ ਸਾਨੂੰ ਸ਼ਿਕਾਇਤ ਲਗਾ ਦਿੰਦੇ ਪ੍ਰਿੰਸੀਪਲ ਸਾਹਮਣੇ ਕੁਝ ਹੋਰ ਹੋ ਜਾਂਦੇ ਸੀ ਸਰ ਜਿੱਦੇ ਦੇ ਅਸੀਂ ਆਏ ਅਸੀਂ ਰੋਜ਼ ਵਾਰਡਨ ਮੈਮ ਨੂੰ ਐਪਲੀਕੇਸ਼ਨਾਂ ਪਾਉਣੀ ਹੈਗੇ ਰੋਜ਼ ਸਾਰਾ ਕੁਝ ਦਿਖਾਉਣੇ ਆਗੇ ਵਾਰਡਨ ਸਾਨੂੰ ਕੀ ਪਤਾ ਹੁਣ ਪ੍ਰਿੰਸੀਪਲ ਸਰ ਤੱਕ ਗੱਲ ਪਹੁੰਚ ਰਹੀ ਹੈ ਨਾ ਪ੍ਰਿੰਸੀਪਲ ਸਰ ਕਹਿੰਦੇ ਸਾਡੇ ਕੋਲ ਗੱਲ ਨਹੀਂ ਹੁਣ ਸਾਨੂੰ ਕੀ ਪਤਾ ਗਈ ਹੈ ਕਿ ਨਾ ਰੋਜ਼ ਐਪਲੀਕੇਸ਼ਨਾਂ ਜਾਂਦੀਆਂ ਨੇ ਸਾਡੇ ਰੋਜ਼ ਸਰ ਮੇਰੀ ਗੱਲ ਸੁਣੋ ਜਿਸ ਦਿਨ ਇੱਥੋਂ ਮਤਲਬ ਸਕੂਲ ਬੰਦ ਹੋਏ ਨੇਗੇ ਸਾਨੂੰ ਭੇਜੇਗਾ ਉਸ ਦਿਨ ਸਿਰਫ 2 ਤਿੰਨ ਕੁੜੀਆਂ ਰਹੀਆਂ ਸੀ ਅੰਕਲ ਨੇ ਮਤਲਬ ਇਹਨੇ ਮਾਮਾ ਜੀ ਉਹ ਨਾ ਇੱਥੇ ਕੁੜੀਆਂ ਮਤਲਬ ਭੁੱਖੀਆਂ ਬੈਠੀਆਂ ਸੀ ਉਹਨਾਂ ਨੇ 3 ਦਿਨਾਂ ਕੁਝ ਖਾਧਾ ਨਹੀਂ ਸੀ ਨੇੜੇ ਤੇੜੇ ਬਰਗਰ ਮਿਲਦੇ ਬਰਗਰ ਲਿਆ ਕੇ ਖਵਾਤੇ ਬਾਰਡਨ ਮੈਡਮ ਕਹਿੰਦੇ ਆ ਕਿ ਹਾਂ ਹੁਣ ਜਦੋਂ ਬਰਗਰ ਖਵਾਉਂਦੇ ਤਾਂ ਹੀ ਬੱਚੇ ਬਿਮਾਰ ਹੁੰਦੇ ਹੈਗੇ ਹੁਣ ਉਹਨਾਂ ਨੂੰ ਪੁੱਛਣ ਵਾਲਾ ਹੈ ਕਿ ਜਿਹੜਾ ਤੁਸੀਂ ਖਾਣਾ ਸਵਾਉਂਦੇ ਹੋ ਉਹ ਬਾਰਡਨ ਦੇ ਉੱਪਰ ਲੱਗ ਰਹੇ ਨੇ ਇਧਰੋਂ ਬੱਚੇ ਬਿਮਾਰ ਨੇ ਹੁਣ ਤੱਕ ਇਹਨਾਂ ਦੇ ਹੱਥ ਦੇ ਉੱਪਰ ਡ੍ਰਿਪ ਲੱਗ ਰਿਹਾ ਜਵਾਕ ਬਰਗਰ ਨਹੀਂ ਖਾਂਦੇ ਸੀਗੇ ਕੁਝ ਹੋਰ ਨਹੀਂ ਖਾਂਦੇ ਸੀਗੇ ਹਾਂ ਪਹਿਲਾਂ ਕਿਹੜਾ ਸੀ ਕੁਝ ਖਾਂਦੇ ਪਹਿਲਾਂ ਕੀ ਅਸੀਂ ਜੰਕ ਫੂਡ ਕਦੇ ਨਹੀਂ ਖਾਂਦਾ ਹੈਗਾ ਤੁਹਾਡੀ ਡਿਮਾਂਡ ਕੀ ਹੈ ਬੇਟਾ ਸਰ ਵਾਰਡਨ ਮੈਮ ਨੂੰ ਕੱਢੋ ਵਾਰਡਨ ਮੈਮ ਸਸਪੈਂਡ ਹੋਣੀ ਚਾਹੀਦੀ ਹੈ ਜਿੰਨਾ ਚਿਰ ਨਵੀਂ ਵਾਰਡਨ ਨਹੀਂ ਆਉਂਦੀ ਜਿੰਨਾ ਚਿਰ ਨਵੇਂ ਪ੍ਰਿੰਸੀਪਲ ਨਹੀਂ ਆਉਂਦੇ ਸਾਨੂੰ ਉਹਨਾਂ ਨੂੰ ਬੁਲਾਓ ਜਿੰਨਾ ਚਿਰ ਸਾਰਾ ਕੁਝ ਸੈੱਟ ਨਹੀਂ ਹੁੰਦਾ ਅਸੀਂ ਅੰਦਰ ਨਹੀਂ ਜਾਂਦੇ ਸਕੂਲ ਦੇ ਅੰਦਰ ਨਹੀਂ ਆਉਂਦੇ ਜਿੰਨਾ ਚਿਰ ਸਾਰਾ ਕੁਝ ਸੈੱਟ ਨਹੀਂ ਹੁੰਦਾ ਅਸੀਂ ਸਕੂਲ ਦੇ ਅੰਦਰ ਨਹੀਂ ਵੜਨਾ ਹੈਗਾ ਅਸੀਂ ਅੰਦਰ ਨਹੀਂ ਜਾਣਾ ਸਰ ਹਾਂਜੀ ਮੈਮ ਤੁਹਾਡਾ ਕੀ ਨਾਮ ਹੈ ਜੀ ਮਨਦੀਪ ਜਿੰਨਾ ਚਿਰ ਵੀ ਬੱਚਿਆਂ ਨੂੰ ਵਾਰਡਨ ਨਹੀਂ ਬਾਹਰ ਕੱਢ ਦਿਓ ਨਜ਼ਰ ਬੱਚਿਆਂ ਨੂੰ ਅਸੀਂ ਅੰਦਰ ਨਹੀਂ ਵੜ ਸਕਦੇ ਵੀ ਉਹ ਖਾਣਾ ਗਲਤ ਨਹੀਂ ਹੈ ਮੇਰੀ ਬੱਚੀ ਆਪਦੀ ਬੇਟੀ ਬਿਮਾਰ ਹੋ ਗਈ ਅੱਜ ਲੈ ਕੇ ਆਇਆ ਬੈਗ ਬਾਹਰ ਰੱਖੇ ਨੇ ਅੰਦਰ ਨਹੀਂ ਅੰਦਰ ਕਿਉਂ ਨਹੀਂ ਬਾਹਰ ਨਹੀਂ ਅੰਦਰ ਜਾ ਨਹੀਂ ਜਿੰਨਾ ਚਿਰ ਵਾਰਡਨ ਨਹੀਂ ਸਾਨੂੰ ਮੂਹਰੇ ਦਿਖਦੇ ਉਹਨਾਂ ਚਿਰ ਅਸੀਂ ਅੰਦਰ ਨਹੀਂ ਜਾ ਸਕਦੇ ਬੱਚਿਆਂ ਨੂੰ ਖਾਣਾ ਖਰਾਬ ਦਿੰਦੀ ਹੈ ਪਹਿਲਾਂ ਉਹਦੀ ਗਲਤੀ ਆਈ ਉਹਨੂੰ ਬਾਹਰ ਕੱਢੋ ਅਸੀਂ ਉਹਨਾਂ ਚਿਰ ਉਹਨੂੰ ਮਿਲਣਾ ਚਾਹੁੰਦੇ ਆ ਮੇਰੀ ਬੇਟੀ ਆਪ ਬਿਮਾਰ ਸੀ ਗੱਲ ਕਹਿੰਦੇ ਢੰਗ ਕਰਦੇ ਢੰਗ ਕਰਦੇ ਢੰਗ ਕਹਿੰਦੇ ਨੇ ਜੀ ਉਹਨਾਂ ਚਿਰ ਅਸੀਂ ਉਹ ਨਹੀਂ ਕਰ ਸਕਦੇ ਜਿੰਨਾ ਚਿਰ ਸਾਨੂੰ ਵਾਰਡਨ ਨਹੀਂ ਉਹਨਾਂ ਚਿਰ ਅਸੀਂ ਅੰਦਰ ਨਹੀਂ ਵੜਦੇ ਬੱਚਿਆਂ ਨੂੰ ਬਿਲਕੁਲ ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਨੇ ਮਾਂ ਬਾਪ ਬਾਹਰ ਨੇ ਬੱਚੇ ਬਾਹਰ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਾਮਲਾ ਗਰਮ ਹੋ ਰਿਹਾ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਮਾਮਲਾ ਨਿਬੜ ਕੇ ਨਹੀਂ ਰਿਹਾ ਜੀ ਥੋੜੀ ਦੇਰ ਲੱਗੇਗੀ
ਪਹਿਲਾਂ ਤਾਂ ਹੱਕ ਉਹਦੇ ਦਾ ਵੀ ਨਿਕਲਣ ਦਾ ਸੀਗਾ ਨਾ ਜ਼ਿੰਮੇਵਾਰ ਬਰਾਬਰ ਜਮਾਂ ਜੀ ਪਹਿਲ ਤੇ ਹੈਗੇ ਬਰਾਬਰ ਜੀ ਫੁੱਲ ਜ਼ਿੰਮੇਵਾਰ ਆ ਜੀ ਬਾਰਡਰ ਮੈਡਮ ਆ ਬੱਚਿਆਂ ਨੂੰ ਭੱਦੀ ਸ਼ਬਦਾਵਲੀ ਬੋਲਦੀ ਹੈ ਸਾਡੇ ਬੱਚਿਆਂ ਨੂੰ ਕਰੈਕਟਰਲੈਸ ਕਹਿੰਦੀ ਹੈ ਕੌਣ ਹੁੰਦੇ ਕੌਣ ਵਾਲੇ ਉਹ ਗਲਤ ਸ਼ਬਦ ਬੋਲੇ ਸਰ ਟੀਚਰ ਸਾਹਿਬਾਨ ਆਪਦਾ ਕੰਮ ਬਹੁਤ ਵਧੀਆ ਕਰ ਰਹੇ ਆ ਗਾਰਡ ਸਾਹਿਬ ਹੋਰ ਕਿਸੇ ਦਾ ਨਹੀਂ ਹੈਗਾ ਜੀ ਤੇ ਬੱਚਿਆਂ ਨੂੰ ਬਈ ਤੁਸੀਂ ਬਿਮਾਰ ਹੁੰਦਾ ਤਾਂ ਬੱਚਾ ਉਹਨੂੰ ਕਹਿੰਦੇ ਤੁਸੀਂ ਢੰਗ ਕਰਦੇ ਹੋ ਤੁਸੀਂ ਕਰੈਕਟਰਲੈਸ ਹੋਗੇ ਜੀ ਜੇ ਆ ਬਹੁਤ ਆ ਬੱਚਿਆਂ ਦਾ ਭਵਿੱਖ ਖਾਣੇ ਦੇ ਵਿੱਚ ਸੁੰਡਾ ਰਿਹਾ ਜੀ ਜੇ ਸਾਡਾ ਸਰ ਮਸਲਾ ਨਾ ਹੁੰਦਾ ਅਸੀਂ ਵੱਡਾ ਹਾਈ ਵਜਾਮ ਕਰਾਂਗੇ ਸਾਡੀ ਕਮਾਂਗੇ ਵੀ ਇਹ ਜਦੋਂ ਇਨਕੁਆਇਰੀ ਚੱਲ ਰਹੀ ਹੈ ਤਾਂ ਇਕੱਲੇ ਪ੍ਰਿੰਸੀਪਲ ਦੇ ਕਿਉਂ ਕਾਰਵਾਈ ਹੋਈ ਹੈ ਜਦੋਂ ਉਹ ਵੀ ਇਨਕੁਆਇਰੀ ਵਿੱਚ ਕਰ ਸਕਦੇ ਸੀ ਇਕੱਲੇ ਪ੍ਰਿੰਸੀਪਲ ਦੇ ਕਾਰਵਾਈ ਤਾਂ ਕਰਨੀ ਗਲਤ ਹੈ ਨਾ ਜੇ ਇਨਕੁਆਇਰੀ ਕਰਨੀ ਤਾਂ ਸਾਰੇ ਸਟਾਫ ਹੋਰ ਵੀ ਜ਼ਿੰਮੇਵਾਰ ਨੇ ਇਕੱਲਾ ਪ੍ਰਿੰਸੀਪਲ ਜ਼ਿੰਮੇਵਾਰ ਤਾਂ ਨਹੀਂ ਹੈਗਾ ਜੇ ਅਗਰ ਇਨਸਾਫ ਨਹੀਂ ਹੁੰਦਾ ਨੈਕਸਟ ਤੋਂ ਟਾਰਗੇਟ ਕੀ ਹੋਊਗਾ ਅਸੀਂ ਵੱਡਾ ਹਾਈ ਵਜਾਮ ਕਰਾਂਗੇ ਸਰ ਵਜਾਮ ਕਰਾਂਗੇ ਜੀ ਅਸੀਂ ਹਾਂਜੀ ਸਰ ਬਿਲਕੁਲ ਜਿਹੜੇ ਡਿਪਟੀ ਡੀਓ ਹੈਗੇ ਨੇ ਡਿਪਟੀ ਡੀਓ ਖੁਦ ਪਹੁੰਚੇ ਹੋਏ ਨੇ ਇਹਨਾਂ ਦੀ ਮੰਗਾਂ ਦੇ ਉੱਪਰ ਜਿਹੜਾ ਹੈਗਾ ਕਿਤੇ ਨਾ ਕਿਤੇ ਨਿਪਟਾਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮਾਪਿਆਂ ਦੀ ਤੇ ਬੱਚਿਆਂ ਦੀ ਇੱਕੋ ਮੰਗ ਆ ਕਿ ਜਿਹੜੇ ਦੋਨੇ ਬੱਚਿਆਂ ਦੇ ਮੁੰਡਿਆਂ ਦੇ ਕੁੜੀਆਂ ਦੇ ਹੋਸਟਲ ਵਾਰਡਨ ਨੇ ਉਹਨਾਂ ਦੇ ਖਿਲਾਫ਼ ਵੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ਼ ਜਿਹੜੀ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਇੱਥੋਂ ਬਦਲਿਆ ਜਾਵੇ ਚਰਨਜੀਤ ਕੌਸ਼ਲ ਸੰਗਰੂਰ ਤੋਂ ਨਿਊਜ਼ 18 ਪੰਜਾਬ